Hi everyone, I hope you all are well. So guys, ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੁਸੀਂ ਸਾਰਿਆਂ ਨੇ ਮੇਰਾ ਬਹੁਤ ਸਪੋਰਟ ਕੀਤਾ, ਮੈਨੂੰ ਬਹੁਤ ਸਾਥ ਦਿੱਤਾ ਅਤੇ ਅੱਜ ਮੇਰੇ ਸਬਸਕ੍ਰਾਈਬਰ 6000 ਪਲੱਸ ਹੋ ਗਏ ਨੇ। 10 ਦਿਨ ਪਹਿਲਾਂ ਮੈਂ ਚੈੱਕ ਕੀਤਾ ਸੀ, ਮੇਰੇ ਸਬਸਕ੍ਰਾਈਬਰ 2000 ਸੀਗੇ ਅਤੇ 10 ਦਿਨ ਬਾਅਦ ਜਦੋਂ ਮੈਂ ਚੈੱਕ ਕੀਤਾ ਤਾਂ ਮੇਰੇ ਸਬਸਕ੍ਰਾਈਬਰ 5000 ਪਲੱਸ ਸੀਗੇ ਅਤੇ ਅੱਜ ਮੇਰੇ ਸਬਸਕ੍ਰਾਈਬਰ ਹੈਗੇ ਨੇ 6000 ਪਲੱਸ। ਅਤੇ ਸਾਰਾ ਕੁਛ ਤੁਹਾਡੇ ਕਰਕੇ ਹੋਇਆ, ਤੁਹਾਡੀ ਸਪੋਰਟ, ਤੁਸੀਂ ਸਾਰਿਆਂ ਨੇ ਮੈਨੂੰ ਸਪੋਰਟ ਕੀਤਾ ਅਤੇ ਤੁਹਾਡਾ ਬਹੁਤ ਬਹੁਤ ਥੈਂਕਸ। ਅੱਜ ਆਪਾਂ ਗੱਲ ਕਰਾਂਗੇ ਇਹ ਵਾਲੇ ਟੋਪਿਕ 'ਤੇ ਕਿ ਕੁਛ ਲੋਕ ਨਾ ਵਹਿਮ ਕਰਦੇ, ਪਹਿਲਾਂ ਮੈਂ ਵੀ ਵਹਿਮ ਕਰਦੀ ਹੁੰਦੀ ਸੀ। ਕੁਛ ਲੋਕ ਹੁੰਦੇ ਜਿਹੜੇ ਕਹਿੰਦੇ ਸੀਗੇ ਕਿ ਜਿਹੜੇ ਕਹਿੰਦੇ ਨੇ ਕਿ ਅਸੀਂ ਮੰਗਲਵਾਰ ਨੂੰ ਨਹੁੰ ਨਹੀਂ ਕੱਟਣੇ, ਵੀਰਵਾਰ ਨੂੰ ਵਾਲ ਨਹੀਂ ਧੋਣੇ, ਇਹ ਬੁੱਧਵਾਰ ਨੂੰ ਇੱਥੇ ਨਹੁੰ ਨਹੀਂ ਕੱਟਣੇ, ਇਹ ਸਾਰਾ ਕੁਛ। ਇਹ ਜੇ ਅਸੀਂ ਪੁੱਛਦੇ ਹਾਂ ਤਾਂ ਕਿਉਂ ਨਹੀਂ ਕੱਟਣੇ ਤਾਂ ਕਹਿੰਦੇ ਬਜ਼ੁਰਗਾਂ ਦੀ ਬਣਾਈਆਂ ਹੋਈਆਂ ਗੱਲਾਂ ਨੇ, ਇਹਦੇ ਪਿੱਛੇ ਸਟੋਰੀਆਂ ਨੇ, ਸਟੋਰੀਜ਼ ਇਹਦੇ ਨਾਲ ਰਿਲੇਟਡ ਜੁੜੀਆਂ ਹੋਈਆਂ ਨੇ। ਤਾਂ ਕਰਕੇ ਅਸੀਂ ਇਹ ਦਿਨ ਨੂੰ ਆਪਾਂ ਮੰਨਣ ਲੱਗ ਗਏ ਅਪਸ਼ਗਨ ਹੋਏ, ਕੋਈ ਅਪਸ਼ਗਨ ਨਹੀਂ ਹੁੰਦਾ, ਇਹਦੇ ਪਿੱਛੇ ਸਟੋਰੀਆਂ ਜੁੜੀਆਂ ਹੋਈਆਂ ਨੇ। ਆਪਾਂ ਨੌ ਇਸ ਕਰਕੇ ਨਹੀਂ ਕੱਢਦੇ ਮੰਗਲਵਾਰ ਨੂੰ, ਪਹਿਲਾਂ ਵਾਲੇ ਟਾਈਮ ਦੇ ਵਿੱਚ ਨੌ ਆਪਣੇ ਕੋਲ ਨੇਲ ਕੱਟਣ ਜਿਹੜੇ ਘਰ ਅਵੇਲੇਬਲ ਨਹੀਂ ਹੁੰਦੇ ਸੀ, ਬਾਹਰੋਂ ਆਉਂਦੇ ਸੀ ਨੌ ਕੱਟਣ ਵਾਸਤੇ, ਤਾਂ ਉਹ ਮੰਗਲਵਾਰ ਨੂੰ ਨਹੀਂ ਆਉਂਦੇ ਸੀਗੇ। ਤਾਂ ਕਰਕੇ ਆਪਾਂ ਮੰਗਲਵਾਰ ਵਾਲੇ ਦਿਨ ਜਾਂ ਕਿਸੇ ਹੋਰ ਦਿਨ ਨੌ ਨਹੀਂ ਕੱਟਦੇ। ਇਹ ਕੋਈ ਅਪਸ਼ਗਨ ਨਹੀਂ ਹੈਗਾ, ਇਹਦੇ ਪਿੱਛੇ ਸਟੋਰੀਜ਼ ਜੁੜੀਆਂ ਹੋਈਆਂ ਨੇ, ਪਰ ਆਪਾਂ ਲੋਕਾਂ ਨੇ ਇਹਨੂੰ ਅਪਸ਼ਗਨ ਬਣਾ ਲਿਆ। ਨਹੀਂ, ਅਪਸ਼ਗਨ ਨਹੀਂ ਹੈਗਾ। ਵੀਰਵਾਰ ਵਾਲੇ ਦਿਨ ਵਾਲ ਨਹੀਂ ਧੋਣੇ, ਪਹਿਲਾਂ ਪਾਣੀ ਕਿਸੇ ਦੂਰ ਨਲਕੇ ਤੋਂ ਜਾਂ ਕਿਸੇ ਨਦੀ ਦੇ ਵਿੱਚੋਂ ਭਰ ਕੇ ਲੈ ਕੇ ਆਉਂਦੇ ਹੁੰਦੇ ਸੀ ਅਤੇ ਕਹਿੰਦੇ ਸੀ ਕਿ ਆਹ ਦਿਨ ਵਾਲ ਨਹੀਂ ਧੋਣੇ ਤਾਂ ਕਿ ਪਾਣੀ ਛੇਤੀ ਖਤਮ ਨਾ ਹੋਵੇ। ਅੱਜ ਵਾਸਤੇ ਇੰਨਾ ਹੀ, ਫਿਰ ਮਿਲਦੇ ਹਾਂ, ਬਾਏ ਬਾਏ।